ਦੋਸਤੋ ਜੇਕਰ ਤੁਹਾਡੇ ਕੰਨਾਂ ਦੇ ਵਿੱਚ ਵੀ ਇਹ ਖਬਰ ਪੈ ਚੁੱਕੀ ਹੈ ਕਿ 29 ਅਪ੍ਰੈਲ 2020 ਨੂੰ ਦੁਨੀਆ ਖਤਮ ਹੋ ਜਾਣੀ ਹੈ ਤਾਂ ਅੱਜ ਦੀ ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਬਣਾਈ ਗਈ ਹੈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਦੋਸਤੋ ਐਸਟਰੋਇਡ ਯਾਨੀ ਕਿ ਉਲਕਾ ਪਿੰਡ ਐਸਟਰੋਇਡ ਇੰਗਲਿਸ਼ ਦਾ ਸ਼ਬਦ ਹੈ ਜਿਸ ਨੂੰ ਪੰਜਾਬੀ ਦੇ ਵਿੱਚ ਆਪਾਂ ਉਲਕਾ ਪਿੰਡ ਕਹਿ ਦਿੰਦੇ ਹਾਂ ਜਿਨ੍ਹਾਂ ਨੇ ਵਿਸ਼ਾਲ ਡਾਇਨਾਸੌਰ ਵਰਗੇ ਜਾਨਵਰਾਂ ਦਾ ਅੰਤ ਕਰ ਦਿੱਤਾ ਅਤੇ ਫਿਰ ਆਪਣੇ ਇਨਸਾਨਾਂ ਦਾ ਸ਼ਾਸਨ ਸ਼ੁਰੂ ਹੋਇਆ ਹਾਲਾਂਕਿ ਇਨਸਾਨਾਂ ਦਾ ਮੁਕਾਬਲਾ ਵੀ ਇਹੋ ਜਿਹੇ ਉਲਕਾ ਪਿੰਡਾਂ ਦੇ ਨਾਲ ਹੁੰਦਾ ਰਿਹਾ ਪਰ ਉਹ ਇੰਨੇ ਵੱਡੇ ਨਹੀਂ ਹੁੰਦੇ ਕਿ ਉਹ ਇਨਸਾਨਾਂ ਦਾ ਸਫਾਇਆ ਕਰ ਸਕਣ ਜਿਵੇਂ ਕਿ ਸਾਲ ਦੋਸਤੋ 2013 ਦੇ ਵਿੱਚ ਰਸ਼ੀਆ ਦੇ ਇੱਕ ਸ਼ਹਿਰ ਦੇ ਉੱਪਰ 20 ਮੀਟਰ ਚੌੜਾ ਉਲਕਾ ਪਿੰਡ ਡਿੱਗਿਆ ਸੀ ਹਵਾ ਦੇ ਵਿੱਚ ਹੀ ਫਟ ਗਿਆ ਸੀ ਸ਼ਹਿਰ ਦੇ ਬਹੁਤ ਨਜ਼ਦੀਕ ਆ ਕੇ ਅਤੇ ਇਸ ਦੇ ਨਾਲ ਉਸ ਸ਼ਹਿਰ ਦੇ ਵਿੱਚ ਦੋਸਤੋ ਲਗਭਗ 7-8 ਬਿਲਡਿੰਗਾਂ ਚੂਰ ਚੂਰ ਹੋ ਗਈਆਂ ਅਤੇ 15,000 ਵੱਧ ਲੋਕ ਜ਼ਖਮੀ ਹੋ ਗਏ ਵਿਗਿਆਨੀਆਂ ਦਾ ਮੰਨਣਾ ਹੈ ਕਿ ਇੰਨੇ ਵੱਡੇ ਐਸਟਰੋਇਡ ਪ੍ਰਿਥਵੀ ਦੇ ਨਾਲ 60 ਸਾਲਾਂ ਦੇ ਵਿੱਚ ਲਗਭਗ 1 ਵਾਰ ਤਾਂ ਟਕਰਾਉਂਦੇ ਹਨ ਅਤੇ ਬਹੁਤੀ ਵਾਰ ਇਹ ਉਲਕਾ ਪਿੰਡ ਐਸੀ ਜਗ੍ਹਾ 'ਤੇ ਜਾ ਡਿੱਗਦੇ ਨੇ ਜਿੱਥੇ ਕਿ ਇਨਸਾਨ ਨਹੀਂ ਰਹਿੰਦੇ ਜਿਵੇਂ ਕਿ ਮਹਾਸਾਗਰ 650 ਕਰੋੜ ਸਾਲ ਪਹਿਲਾਂ ਇੱਕ ਐਸਟਰੋਇਡ ਧਰਤੀ ਦੇ ਨਾਲ ਟਕਰਾਇਆ ਸੀ ਜਿਸ ਦੀ ਚੌੜਾਈ ਲਗਭਗ 11 ਕਿਲੋਮੀਟਰ ਤੋਂ ਵੀ ਜ਼ਿਆਦਾ ਸੀ ਅਤੇ ਇਸ ਨੇ ਧਰਤੀ ਦੇ ਉੱਪਰੋਂ ਡਾਇਨਾਸੌਰ ਵਰਗੇ ਵਿਸ਼ਾਲ ਜਾਨਵਰਾਂ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਸੀ ਮਤਲਬ ਕਿ ਡਾਇਨਾਸੌਰ ਦੀ ਪ੍ਰਜਾਤੀ ਦਾ ਅੰਤ ਕਰ ਦੇਣ ਵਾਲਾ ਉਲਕਾ ਪਿੰਡ ਮਾਊਂਟ ਐਵਰੈਸਟ ਤੋਂ ਵੀ ਜ਼ਿਆਦਾ ਵੱਡਾ ਸੀ ਅਤੇ ਭਾਰੀ ਸੀ ਜ਼ਰਾ ਸੋਚੋ ਜੇਕਰ ਮਾਊਂਟ ਐਵਰੈਸਟ 44,000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧਰਤੀ ਨਾਲ ਟਕਰਾਏ ਤਾਂ ਕੀ ਹਸ਼ਰ ਹੋਵੇਗਾ ਇਹ ਆਪਾਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਇਸ ਵਾਰ ਅਪ੍ਰੈਲ ਮਹੀਨੇ ਦੇ ਵਿੱਚ ਵੀ ਧਰਤੀ ਦੇ ਨਾਲ ਇੱਕ ਉਲਕਾ ਪਿੰਡ ਟਕਰਾਉਣ ਦੀ ਅਫਵਾਹ ਚਾਰੇ ਪਾਸੇ ਫੈਲੀ ਹੋਈ ਹੈ ਅਤੇ ਇਦਾਂ ਦਾਅਵਾ ਕੀਤਾ ਜਾ ਰਿਹਾ ਕਿ 29 ਅਪ੍ਰੈਲ 2020 ਨੂੰ ਦੁਨੀਆ ਖਤਮ ਹੋ ਜਾਣੀ ਹੈ ਤਾਂ ਦੋਸਤੋ ਇਹ ਅਫਵਾਹ ਹੈ ਜਾਂ ਫਿਰ ਹਕੀਕਤ ਆਓ ਜਾਣਦੇ ਹਾਂ ਦੁਨੀਆ ਦੀ ਸਭ ਤੋਂ ਵੱਡੀ ਸਪੇਸ ਰਿਸਰਚ ਏਜੰਸੀ ਨਾਸਾ ਲਗਾਤਾਰ ਅਸਮਾਨ ਦੇ ਵਿੱਚ ਉਲਕਾ ਪਿੰਡ 'ਤੇ ਨਿਗਾਹ ਰੱਖਦੀ ਆਈ ਹੈ ਨਾਸਾ ਨੂੰ ਜਦ ਵੀ ਕੋਈ ਓਬਜੈਕਟ ਨੀਅਰ ਦਾ ਅਰਥ ਮਤਲਬ ਕਿ ਧਰਤੀ ਦੇ ਨਜ਼ਦੀਕ ਕੋਈ ਵੀ ਚੀਜ਼ ਦਿਖਾਈ ਦਿੰਦੀ ਹੈ ਤਾਂ ਨਾਸਾ ਸਭ ਤੋਂ ਪਹਿਲਾਂ ਉਸ ਪਤਾ ਕਰਦੀ ਕੋਈ ਚੀਜ਼ ਕੀ ਹੈ ਫਿਰ ਉਸ ਦੀ ਸਪੀਡ ਚੈੱਕ ਕਰਦੀ ਹੈ ਅਤੇ ਉਸ ਤੋਂ ਬਾਅਦ ਵਿੱਚ ਉਸ ਦਾ ਸਾਈਜ਼ ਨਾਪਿਆ ਜਾਂਦਾ ਹੈ ਅਤੇ ਇਹ ਵੀ ਦੇਖਿਆ ਜਾਂਦਾ ਹੈ ਧਰਤੀ ਦੇ ਨਾਲ ਟਕਰਾ ਸਕਦੀ ਹੈ ਜਾਂ ਫਿਰ ਨਹੀਂ ਟਕਰਾ ਸਕਦੀ ਜਾਂ ਫਿਰ ਕਿਹੜੀ ਦਿਸ਼ਾ ਵੱਲ ਜਾ ਰਹੀ ਹੈ ਨਾਸਾ ਆਪਣਾ ਸਾਰਾ ਡਾਟਾ ਸੈਂਟਰ ਫੋਰ ਨੀਅਰ ਅਰਥ ਓਬਜੈਕਟ ਸਟੱਡੀਜ਼ ਯਾਨੀ ਕਿ CNEOS ਦੀ ਵੈਬਸਾਈਟ 'ਤੇ ਅਪਲੋਡ ਕਰਦਾ ਰਹਿੰਦਾ ਹੈ ਜਿਸ ਨੂੰ ਤੁਸੀਂ ਜਦੋਂ ਮਰਜ਼ੀ ਦੇਖ ਅਤੇ ਪੜ੍ਹ ਸਕਦੇ ਹੋ ਨਾਸਾ ਨੂੰ ਇਹੋ ਜਿਹਾ ਹੀ ਇੱਕ ਐਸਟਰੋਇਡ ਯਾਨੀ ਕਿ ਉਲਕਾ ਪਿੰਡ ਸਾਲ 1998 ਵਿੱਚ ਦਿਖਾਈ ਦਿੱਤਾ ਸੀ ਜਿਸ ਦਾ ਨਾਮ ਰੱਖਿਆ ਗਿਆ 5276819982 ਤਾਂ ਦੋਸਤੋ ਉਦੋਂ ਤੋਂ ਲੈ ਕੇ ਨਾਸਾ ਇਸ ਐਸਟਰੋਇਡ ਇਸ ਉਲਕਾ ਪਿੰਡ ਦੀ ਹਰ ਇੱਕ ਗਤੀਵਿਧੀ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਇਸ ਬਾਰੇ ਬਹੁਤ ਕੁਝ ਜਾਣ ਵੀ ਲਿਆ ਹੈ ਇਹ ਐਸਟਰੋਇਡ ਲਗਭਗ 4.1 ਕਿਲੋਮੀਟਰ ਚੌੜਾ ਹੈ ਜੇਕਰ ਇਹ ਧਰਤੀ ਨਾਲ ਟਕਰਾਇਆ ਤਾਂ ਬਹੁਤ ਨੁਕਸਾਨ ਹੋਵੇਗਾ ਅਤੇ ਧਰਤੀ ਤੋਂ ਇਨਸਾਨਾਂ ਦਾ ਨਾਮੋ ਨਿਸ਼ਾਨ ਮਿਟ ਸਕਦਾ ਹੈ ਦੋਸਤੋ ਅਕੋਰਡਿੰਗ ਟੂ ਨਾਸਾ ਜਿਹੜਾ ਉਲਕਾ ਪਿੰਡ ਧਰਤੀ ਨਾਲ ਟਕਰਾਉਣ ਦੀ ਅਫਵਾਹ ਉੱਡੀ ਹੋਈ ਹੈ ਕਿ 29 ਅਪ੍ਰੈਲ ਨੂੰ ਧਰਤੀ ਨਾਲ ਟਕਰਾਏਗਾ ਅਤੇ ਧਰਤੀ ਖਤਮ ਹੋ ਜਾਏਗੀ ਤਾਂ ਦੋਸਤੋ ਨਾਸਾ ਦੇ ਮੁਤਾਬਿਕ ਇਹ ਐਸਟਰੋਇਡ ਇਹ ਉਲਕਾ ਪਿੰਡ ਅਪ੍ਰੈਲ 2020 ਵਿੱਚ ਪ੍ਰਿਥਵੀ ਨਾਲ ਨਹੀਂ ਟਕਰਾ ਸਕਦਾ ਇਸ ਸੰਬੰਧੀ ਐਸਟਰੋਇਡ ਵਾਚ ਦੇ ਆਫੀਸ਼ੀਅਲ ਟਵਿੱਟਰ ਅਕਾਊਂਟ 'ਤੇ ਵੀ ਟਵੀਟ ਕਰਕੇ ਲੋਕਾਂ ਨੂੰ ਦੱਸਿਆ ਗਿਆ ਹੈ ਕਿ 29 ਅਪ੍ਰੈਲ 2020 ਨੂੰ ਇਹ ਐਸਟਰੋਇਡ 1998 ਦੇ ਵਿੱਚ ਜਿਹੜਾ ਖੋਜ ਕੀਤਾ ਗਿਆ ਸੀ OR2 ਧਰਤੀ ਤੋਂ 62 ਲੱਖ ਕਿਲੋਮੀਟਰ ਦੀ ਦੂਰੀ ਬਣਾ ਕੇ ਗੁਜ਼ਰ ਜਾਵੇਗਾ ਅਤੇ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ ਕਹਿੰਦਾ ਭਾਵ ਕਿ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫਵਾਹਾਂ ਝੂਠੀਆਂ ਨੇ ਅਤੇ ਇਹਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਤੁਸੀਂ ਆਪਣਾ ਕੰਮ ਕਾਰ ਜੋ ਵੀ ਕਰ ਰਹੇ ਹੋ ਬਿਲਕੁਲ ਧਿਆਨ ਲਾ ਕੇ ਨੋ ਟੈਂਸ਼ਨ ਹੋ ਕੇ ਕਰੋ ਧਰਤੀ ਕਿਧਰੇ ਵੀ ਨਹੀਂ ਜਾਣ ਵਾਲੀ ਧਰਤੀ ਦਾ ਅੰਤ ਹੋਣਾ ਸੌਖੀ ਗੱਲ ਨਹੀਂ ਹੈ ਤਾਂ ਦੋਸਤੋ ਕਿਤੇ ਹੱਥ 'ਤੇ ਹੱਥ ਧਰ ਕੇ ਨਾ ਬੈਠ ਜਾਇਓ ਕਿ ਅਪ੍ਰੈਲ ਮਹੀਨੇ ਵਿੱਚ ਤਾਂ ਧਰਤੀ ਖਤਮ ਹੋ ਜਾਣੀ ਹੈ ਤਾਂ ਹੁਣ ਕੰਮ ਕਰਨ ਦੀ ਕੀ ਲੋੜ ਹੈ ਸੋ ਡਰਨ ਦੀ ਕੋਈ ਲੋੜ ਨਹੀਂ ਹੈ ਧਰਤੀ ਨੂੰ ਕੁਝ ਨਹੀਂ ਹੋਵੇਗਾ ਤਾਂ ਦੋਸਤੋ ਉਮੀਦ ਕਰਦੇ ਕਿ ਤੁਹਾਨੂੰ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਸਾਰੇ ਸ਼ੱਕ ਸਾਰੇ ਡਾਊਟ ਕਲੀਅਰ ਹੋ ਗਏ ਹੋਣਗੇ ਜੇਕਰ ਤੁਹਾਨੂੰ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰਨਾ ਅਤੇ ਨਾਲ ਹੀ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਸਕੇ ਸੰਬੰਧੀਆਂ ਰਿਸ਼ਤੇਦਾਰਾਂ ਦੇ ਨਾਲ ਫੇਸਬੁੱਕ ਵਟਸਐਪ ਗਰੁੱਪਾਂ 'ਚ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਕਿ ਤੁਹਾਨੂੰ ਪਿਛਲੇ ਕਾਫੀ ਦਿਨਾਂ ਤੋਂ ਡਰਾ ਰਹੇ ਨੇ ਕਿ ਧਰਤੀ ਖਤਮ ਹੋ ਜਾਣੀ ਹੈ ਤਾਂ ਕਿ ਉਹਨਾਂ ਦੇ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਦੇ ਵੀ ਡਾਊਟ ਕਲੀਅਰ ਹੋ ਸਕਣ ਅਤੇ ਦੋਸਤੋ ਉਹਨਾਂ ਦੇ ਮਨ ਦਾ ਵਹਿਮ ਵੀ ਦੂਰ ਹੋ ਸਕੇ ਇਸ ਤੋਂ ਇਲਾਵਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਵੀਡੀਓ ਦੇ ਬਾਰੇ ਸਾਨੂੰ ਨੀਚੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਉਂਕਿ ਤੁਹਾਡੇ ਕਮੈਂਟ ਸਾਡੇ ਵਾਸਤੇ ਬਹੁਤ ਕੀਮਤੀ ਨੇ ਅਸੀਂ ਤੁਹਾਡਾ ਇੱਕ ਇੱਕ ਕਮੈਂਟ ਰੀਡ ਕਰਦੇ ਹਾਂ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਨੌਲੇਜਫੁੱਲ ਅਤੇ ਵਧੀਆ ਵਧੀਆ ਵੀਡੀਓ ਡੇਲੀ ਦੇਖਣ ਲਈ ਵੀਡੀਓ ਦੇ ਨੀਚੇ ਦਿੱਤਾ ਗਿਆ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਕੇ ਤੁਹਾਡੇ ਆਪਣੇ ਲਾਹੌਰੀ ਰਿਕਾਰਡਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਹੀ ਨਿੱਕਾ ਜਿਹਾ ਘੰਟੀ ਵਾਲਾ ਆਇਕਨ ਦਿਖਾਈ ਦੇਵੇਗਾ ਉਹਨੂੰ ਵੀ ਜ਼ਰੂਰ ਦਬਾ ਦਿਓ ਤਾਂ ਕਿ ਅਸੀਂ ਅੱਗੇ ਤੋਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਅਪਲੋਡ ਹੁੰਦੇ ਹੀ ਉਸਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਫਿਲਹਾਲ ਅੱਜ ਦੀ ਵੀਡੀਓ ਵਿੱਚ ਦੋਸਤੋ ਇੰਨਾ ਹੀ ਜਲਦ ਮਿਲਾਂਗੇ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ